ਰਾਜਿਆਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਕਈ ਸਮਝੌਤੇ ਵੀ ਹੋਏ। ਉਹਨਾਂ ਦੀ ਇੱਕ ਯਾਦਗਾਰ ਹੈ ਜ਼ਿਲ੍ਹਾ ਰੂਪਨਗਰ ਅਤੇ ਨਵਾਂਸ਼ਹਿਰ ਦੀ ਹੱਦ ਉੱਪਰ ਪੈਂਦੇ ਦਰਿਆ ਦੇ ਕੰਢੇ ਹੈੱਡਵਰਕਸ 'ਤੇ, ਜਿੱਥੇ ਉਹਦੀ ਯਾਦਗਾਰ ਨੂੰ ਸੰਭਾਲਣ ਲਈ ਕਾਫ਼ੀ ਦਹਾਕਿਆਂ ਤੋਂ ਲੋਕਾਂ ਵੱਲੋਂ ਸੰਘਰਸ਼ ਵੀ ਕੀਤੇ ਜਾ ਰਹੇ ਸਨ, ਮੰਗ ਵੀ ਹੋ ਰਹੀ ਸੀ। ਜੇ ਤਾਂ ਹੁਣ ਪੂਰ ਪੈਂਦੇ ਹਾਂ, ਆਪਦੇ ਵਿਧਾਇਕ ਦਿਨੇਸ਼ ਚੱਡਾ ਰੋਪੜ ਅਤੇ ਨਵਾਂਸ਼ਹਿਰ ਦੇ ਵਿਧਾਇਕ ਕਟਾਰੀਆ ਦੀ ਅਗਵਾਈ ਹੇਠ ਉੱਥੇ ਕੰਮ ਸ਼ੁਰੂ ਕੀਤੇ ਗਏ ਅਤੇ ਉਹਦੀ ਯਾਦ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਦੌਰਾ ਕੀਤਾ ਗਿਆ। ਤੁਹਾਨੂੰ ਸੁਣਾਉਂਦੇ ਹਾਂ ਮੌਕੇ 'ਤੇ ਕੀ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਰੂਪਨਗਰ ਸ਼ਹਿਰ, ਰੂਪਨਗਰ ਜ਼ਿਲ੍ਹਾ ਅਤੇ ਨਵਾਂਸ਼ਹਿਰ ਜ਼ਿਲ੍ਹੇ ਦੀ ਹੱਦ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਥਾਨ, ਜਿੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਔਰ ਜਿਹੜਾ ਸਥਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬ੍ਰਿਟਿਸ਼ ਹਕੂਮਤ ਦੇ ਨਾਲ ਸੰਧੀ ਦੀ ਵੀ ਗਵਾਹੀ ਭਰਦਾ, ਜਿਸ ਸਥਾਨ ਨੂੰ ਲੈ ਕੇ ਪਤਾ ਨਹੀਂ ਕਿੰਨੇ ਕੁ ਦਹਾਕਿਆਂ ਤੋਂ ਧਰਨੇ ਵੀ ਚੱਲਦੇ ਆਏ ਸੀਗੇ। ਆਮ ਤੌਰ 'ਤੇ ਲੋਕਾਂ ਦੀ ਮੰਗ ਵੀ ਰਹੀ ਸੀ ਕਿ ਇਹ ਜਿਹੜਾ ਸਥਾਨ ਹੈ ਇਹਨੂੰ ਜਾਣ ਦੇ ਲਈ ਕੋਈ ਰਸਤਾ ਨਹੀਂ ਹੈ, ਪ੍ਰਾਈਵੇਟ ਕੰਪਨੀ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ, ਬਾਹਰੋਂ ਬਾਹਰ ਰਸਤਾ ਬਣਨਾ ਚਾਹੀਦਾ, ਪਰ ਅੱਜ ਤੱਕ ਨਾ ਤਾਂ ਕਿਸੇ ਨੇ ਰਸਤਾ ਬਣਾਇਆ ਸੀ ਨਾ ਕੋਈ ਨਿਸ਼ਾਨਦੇਹੀ ਇਹਦੀ ਹੋਈ ਸੀਗੀ। ਕੁਝ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਇਸ ਪਵਿੱਤਰ ਸਥਾਨ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕਰਵਾਈ ਗਈ ਸੀਗੀ ਅਤੇ ਹੁਣ ਸਾਰੀਆਂ ਸੰਗਤਾਂ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਥਾਨ ਨੂੰ ਕੰਪਨੀ ਤੋਂ ਬਾਹਰੋਂ ਬਾਹਰ ਜਿਹੜਾ ਰਸਤਾ ਬਣਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੇ ਵੀ ਇਸ ਸਥਾਨ ਦੇ ਦਰਸ਼ਨ ਕਰਨ ਜਾਣਾ, ਇਸ ਸਥਾਨ ਨੂੰ ਦੇਖਣ ਲਈ ਜਾਣਾ, ਉਹ ਇਸ ਨਵੇਂ ਬਣੇ ਰਸਤੇ ਦੇ ਰਾਹੀਂ ਜਿਵੇਂ ਕਿ ਸੰਗਤਾਂ ਦੀ ਮੰਗ ਸੀ ਬਾਹਰੋਂ ਬਾਹਰ ਜਾ ਸਕਦਾ। ਜਿਸ ਜਗ੍ਹਾ 'ਤੇ ਮੈਂ ਇਸ ਵੇਲੇ ਖੜ੍ਹਾਂ ਇਹ ਉਹੀ ਰਸਤਾ ਹੈ ਜਿਹੜਾ ਇਸ ਸਥਾਨ ਦੇ ਲਈ ਬਣ ਰਿਹਾ। ਆਹ ਰੋਪੜ ਤੋਂ ਨੂਰਪੁਰ ਬੇਦੀ ਜਿਹੜੀ ਰੋਡ ਹੈ, ਜੇ ਅਸੀਂ ਰੋਪੜ ਤੋਂ ਨੂਰਪੁਰ ਬੇਦੀ ਵੱਲ ਨੂੰ ਮੁੜ ਜਾਂਦੇ ਹਾਂ, ਉੱਥੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੈ ਆਹ ਜਿਹੜੀਆਂ ਪੌੜੀਆਂ ਬਣਨੀਆਂ ਸ਼ੁਰੂ ਹੋਈਆਂ, ਇਹ ਪੌੜੀਆਂ ਉਸੇ ਸਥਾਨ ਦੇ ਲਈ ਬਣਨੀਆਂ ਸ਼ੁਰੂ ਹੋਈਆਂ। ਸੜਕ ਤੋਂ ਉੱਪਰ ਤੱਕ ਆਹ ਜਿਹੜੀਆਂ ਪੌੜੀਆਂ ਕੁਝ ਬਣ ਕੇ ਤਿਆਰ ਵੀ ਹੋ ਗਈਆਂ ਅਤੇ ਜੇਕਰ ਮੈਂ ਤੁਹਾਨੂੰ ਅੱਗੇ ਸਾਰਾ ਦਿਖਾਵਾਂ, ਅੱਜ ਮੈਂ ਸੜਕ ਤੋਂ ਪੌੜੀਆਂ ਬਣ ਕੇ ਤਿਆਰ ਹੋ ਗਈਆਂ। ਇਸੇ ਤਰੀਕੇ ਦੇ ਨਾਲ ਇਹ ਜਿਹੜੇ ਪੌੜੀਆਂ ਹੈ ਸੀਮੈਂਟ ਦੀਆਂ, ਜਿਹੜੇ ਇਹ ਸਟੈਪ ਹੈ ਇਹ ਉੱਪਰ ਤੱਕ ਬਣਨਗੇ। ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹਨੂੰ ਚੌਂਕੀ ਵੀ ਕਹਿੰਦੇ ਆ, ਮਹਾਰਾਜਾ ਰਣਜੀਤ ਸਿੰਘ ਦਾ ਸਥਾਨ, ਖਾਲਸਾ ਰਾਜ ਦੀ ਨਿਸ਼ਾਨੀ, ਉੱਥੋਂ ਤੱਕ ਇਹ ਸਟੈਪਸ ਇਸੇ ਤਰੀਕੇ ਨਾਲ ਬਣਨਗੇ। ਆਹ ਕੱਚਾ ਰਸਤਾ ਤੁਸੀਂ ਦੇਖ ਸਕਦੇ ਕਿ ਇਹ ਬਣ ਕੇ ਉੱਪਰ ਤੱਕ ਤਿਆਰ ਹੋ ਗਿਆ, ਕੱਚਾ ਰਸਤਾ ਜਿਹੜਾ ਉੱਪਰ ਤੱਕ ਜਿੱਥੇ ਇਹ ਪੌੜੀਆਂ ਸਟੈਪਸ ਬਣਨੇ ਨੇ ਉਹ ਤਿਆਰ ਹੋ ਚੁੱਕਿਆ, ਇਹਦੇ ਉੱਪਰ ਅੱਗੇ ਪੌੜੀਆਂ ਬਣਨੀਆਂ ਨੇ। ਕੁਝ ਦਿਨ ਹੋਰ ਲੱਗਣੇ ਆ, ਜਿਵੇਂ ਥੱਲਿਓਂ ਪੌੜੀਆਂ ਬਣਨੀਆਂ ਸ਼ੁਰੂ ਹੋਈਆਂ ਉਵੇਂ ਹੀ ਇਸ ਪਵਿੱਤਰ ਸਥਾਨ ਤੱਕ ਇਹ ਰਸਤਾ ਸੰਗਤਾਂ ਦੇ ਲਈ ਬਣੇਗਾ, ਜਿੱਥੇ ਇੱਥੋਂ ਦੂਰੋਂ ਦੂਰੋਂ ਆ ਕੇ ਲੋਕ ਇਸ ਸਥਾਨ ਦੇ ਦਰਸ਼ਨ ਕਰ ਸਕਣਗੇ, ਨਤਮਸਤਕ ਹੋ ਸਕਣਗੇ,
ਦਹਾਕਿਆਂ ਤੋਂ ਇਹ ਅਣਗਹਿਲੀ ਸੀ, ਦਹਾਕਿਆਂ ਤੋਂ ਇਹਨਾਂ ਚੀਜ਼ਾਂ 'ਤੇ ਸਿਆਸਤ ਤਾਂ ਬਹੁਤ ਹੋਈ ਹੈ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਮੈਂ ਜ਼ਿਆਦਾ ਗੱਲ ਕਰਨੀ ਨਹੀਂ ਚਾਹੁੰਦਾ, ਪਰ ਪਤਾ ਨਹੀਂ ਕਿਉਂ ਇਹ ਚੀਜ਼ਾਂ ਅਣਗੌਲੀਆਂ ਰਹੀਆਂ। ਜਿਹੜੇ ਕੰਮ ਆਸਾਨੀ ਨਾਲ ਹੋਣ ਵਾਲੇ ਸੀਗੇ, ਹੁਣ ਵੀ ਤਾਂ ਹੋਇਆ ਏ, ਉਹ ਕੰਮ ਨਹੀਂ ਕੀਤੇ ਗਏ, ਨਹੀਂ ਕਰਵਾਏ ਗਏ। ਪਰ ਹੁਣ ਪੰਜਾਬ 'ਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤੁਸੀਂ ਸਰਕਾਰ ਬਣਾਈ ਹੈ, ਅਤੇ ਇੱਦਾਂ ਦੇ ਕੰਮ ਜਿਹੜੇ ਬਿਨਾਂ ਗੱਲੋਂ ਹੀ ਇਹਨਾਂ ਨੇ ਐਡਾ ਵੱਡਾ ਵਿਰਸਾ, ਐਡੀ ਵੱਡੀ ਵਿਰਾਸਤ, ਉਹਦੇ ਨਾਲ ਸੰਬੰਧਿਤ ਜਿਹੜੇ ਬਿਨਾਂ ਗੱਲੋਂ ਹੀ ਅਣਗੌਲੇ ਕੀਤੇ ਹੋਏ ਸੀਗੇ, ਉਹ ਸਾਰੇ ਕੰਮ ਜਿਹੜੇ ਹੋ ਰਹੇ ਨੇ ਇਸ ਸਥਾਨ ਦੇ ਲਈ, ਇਸੇ ਕੜੀ ਦੇ ਤਹਿਤ ਇਹ ਜਿਹੜਾ ਪੌੜੀਆਂ ਵਾਲਾ ਰਸਤਾ ਹੈ ਉਹ ਵੀ ਬਣ ਰਿਹਾ। ਉੱਪਰ ਤੁਸੀਂ ਦੇਖ ਕੇ ਆਏ ਜਿਹੜਾ ਕੱਚਾ ਤਿਆਰ ਹੋਇਆ, ਆਹ ਪੌੜੀਆਂ ਥੱਲਿਓਂ ਸੜਕ ਤੋਂ ਬਣ ਰਹੀਆਂ ਨੇ, ਜਿਹੜੀਆਂ ਕਿ ਇਸੇ ਤਰੀਕੇ ਦੇ ਨਾਲ ਉੱਪਰ ਤੱਕ ਜਾਣਗੀਆਂ। ਅਤੇ ਅਸੀਂ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਜਿਹੜਾ ਇਹ ਸਥਾਨ ਹੈ ਇਹਨੂੰ ਹੋਰ ਵੀ ਜ਼ਿਆਦਾ ਇਸ ਸਥਾਨ ਦੀ ਤਰੱਕੀ ਜਿਹੜੀ ਹੈ ਉਹ ਹੋਏਗੀ, ਤਾਂ ਕਿ ਇੱਥੇ ਦੂਰੋਂ ਦੂਰੋਂ ਲੋਕ ਆ ਸਕਣ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਥਾਨ ਦੇ ਬਾਰੇ ਜਾਣ ਸਕਣ, ਮੋਟੀਵੇਸ਼ਨ ਵੀ ਲੈ ਸਕਣ, ਨਤਮਸਤਕ ਵੀ ਹੋ ਸਕਣ। ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।